ਅਸਲਾਮ ਅਲੈਕੁਮ ਸਾਰੇ ਦੋਸਤਾਂ ਨੂੰ ਜੁੜੇ ਜੁੜੇ ਆ ਸਾਡੇ ਨਾਲ ਸਾਡੇ ਵਲੌਗ ਵਾਲੇ ਚੈਨਲ 'ਚ ਮੁੰਡਾ ਬਹੁਤ ਕਾਲਾ ਪਿਆ ਐਕਸਾਈਟਡ ਆ ਇਹ ਬਾਜਵਾ ਸਾਡਾ ਬਹੁਤ ਵਧੀਆ ਵੀਡੀਓਗ੍ਰਾਫਰ ਫੋਟੋਗ੍ਰਾਫਰ ਲਾਹੌਰ ਤੋਂ ਇਹ ਵੀ ਆ ਸਾਡੇ ਨਾਲ ਅਸੀਂ ਮਹਿਮਾਨ ਆ ਇਹਨੇ ਵਾਹਗਾ ਬਾਰਡਰ ਨੂੰ ਰਿਸੀਵ ਕਰਨ ਵਾਸਤੇ ਆਏ ਮਤਲਬ ਕਿ ਆ ਹੀ ਗਏ ਨੇ ਆ ਜਾਓ ਚਲੋ ਜੀ ਆ ਜਾਓ ਆ ਜਾਓ ਇਹ ਦੁਬਾਰਾ ਤੋਂ ਵੈਲਕਮ ਜੀ ਵੇਖ ਲਓ ਜੀ ਖਿਲਾਰੇ ਮੈਂ ਕਿਹਾ ਵੀਡੀਓ 'ਚ ਆਉਣਾ ਖਲੋ ਜਾਓ ਇੱਕ ਵਾਰੀ ਪਹਿਲੀ ਚਾਹ ਪੀ ਲਈਏ ਕਿਵੇਂ ਲੱਗੀ ਚਾਹ ਬਾਰਡਰ ਦੀ ਸਾਰਾ ਕੁਛ ਪਹਿਲਾਂ ਤਾਂ ਬਾਬਾ ਜੀ ਦੇ ਦਰਸ਼ਨ ਕਰਨੇ ਆ ਫਿਰ ਉਸ ਤੋਂ ਬਾਅਦ ਅਸੀਂ ਹੀਰ ਰਾਂਝਾ ਦੇ ਮਜ਼ਾਰ ਤੇ ਵੀ ਜਾਣਾ ਹੈਗਾ ਹਾਂਜੀ ਥੋੜਾ ਥੋੜਾ ਅਸੀਂ ਵੀ ਕਰ ਦਿੰਨੇ ਹੁਣ ਲਾਹੌਰ ਸਮਾਨ ਸੁਣ ਰੱਖ ਲਿਆ ਤੇ ਆਪਾਂ ਚੱਲੇ ਆ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਪਹਿਲਾਂ ਸਾਰਿਆਂ ਨਾਲ ਬਾਬੇ ਹੋਣਾ ਦੇ ਮੱਥਾ ਟੇਕ ਕੇ ਤੇ ਫਿਰ ਅਗਲਾ ਸਫ਼ਰ ਸਹੀ ਰਹੀ ਨਾ ਬਾਬੇ ਨੂੰ ਮੱਥਾ ਟੇਕ ਦੇ ਤੇ ਹੁਣ ਲਾਹੌਰ ਆ ਲਾਹੌਰ ਮੀਂਹ ਵੀ ਪੈ ਗਿਆ ਅੱਜ ਵਾਹਵਾ ਪੈ ਗਿਆ ਬਲਕਿ ਗੜੇ ਪੈ ਗਏ ਪੰਜਾਬੀ ਕਹਿੰਦੇ ਨੇ ਗੜੇ ਉੱਥੇ ਪਤਾ ਨੀ ਹਿੰਦੀ ਚ ਪਤਾ ਨੀ ਕੀ ਕਹਿੰਦੇ ਜੀ ਔਲੇ ਕਹਿੰਦੇ ਔਲੇ ਵੀ ਪੈ ਗਏ ਲਓ ਜੀ ਆਹ ਟਾਂਗੇ ਵਾਲੀ ਆ ਜਿਹੜੇ ਚੱਲਦੇ ਆ ਨਾ ਇਹ ਵੈਸੇ ਇਹਨਾਂ ਰੇਅਰ ਜੇ ਰੱਖੇ ਆ ਤੇ ਵੈਸੇ ਜਿਹੜੇ ਦੋਧੀ ਨੇ ਨਾ ਦੁੱਧ ਹੁੰਦੇ ਉਹਨਾਂ ਨੇ ਰੱਖੇ ਆ ਆਪਣੇ ਦੁੱਧ ਨਹੀਂ ਦੁੱਧ ਵਾਸਤੇ ਨਾ ਸ਼ਹਿਰਾਂ ਦੇ ਵਿੱਚ ਵੈਸੇ ਘੱਟ ਗਏ ਹੁਣ ਬਹੁਤ ਰੇਅਰ ਕੁਛ ਸਾਲ ਪਹਿਲਾਂ ਵੀਰੇ ਅੰਮ੍ਰਿਤਸਰ ਵਿੱਚ ਬਹੁਤ ਹੁੰਦੇ ਸੀ ਪਹਿਲਾਂ ਤੱਕ ਤੇ ਬਹੁਤ ਸੀ ਪਹਿਲਾਂ ਸਫ਼ਰ ਬਹੁਤਾ ਇਹਨਾਂ ਦੇ ਕਰਦੇ ਨਾ ਉਹ ਸਾਡੇ ਵਰਗਿਆਂ ਨੂੰ ਉਲਟੀਆਂ ਆਉਂਦੀਆਂ ਸੀ ਟਾਂਗਿਆਂ ਦੇ ਵੇਚਦਾ ਉੱਥੋਂ ਰਾਣੀਪੁਰ ਜਾਂਦੇ ਹੁੰਦੇ ਸੀ ਹਾਂਜੀ ਪਹਾੜੇ ਤੋਂ ਬੈਠ ਕੇ ਟਾਂਗੇ ਚ ਹਾਂਜੀ ਉੱਥੇ ਵੀ ਹੁੰਦੇ ਸੀ ਤੁਸੀਂ ਭਾਜੀ ਕਿੰਨੀ ਦੇਰ ਹੋ ਗਈ ਫਿਰ ਚਲੇ ਗਏ ਯੂਕੇ 12 ਸਾਲ ਦਾ 12 ਸਾਲਾਂ ਦੇ ਹਾਂਜੀ ਅੱਛਾ ਅੱਛਾ ਸਾਰੀ ਉਮਰ ਹੀ ਕੱਢ ਲਈ ਸਾਰੀ ਉਮਰ ਹੀ ਕੱਢ ਲਈ ਹਾਂ ਠੀਕ ਹੈ ਤੇ ਤੁਸੀਂ ਭੈਣ ਜੀ ਮੈਨੂੰ 25 ਸਾਲ ਹੋ ਗਏ ਨਹੀਂ ਇੱਧਰ ਦੀਦੀ ਹੁਣਾਂ ਮੈਨੂੰ ਵੀ 25 ਸਾਲ ਹੋ ਗਏ 25 ਸਾਲ ਤੇ ਸੋਨਾ ਹੁਣੀ ਉਧਰ ਦੀਆਂ ਬੌਰਨ ਫਿਰ ਉਧਰ ਸੋਨਾ ਮੋਟੇ ਦੀ ਬੌਰਨ ਲੋ ਜੀ ਨਨਕਾਣਾ ਸਾਹਿਬ ਮੋਟਰ ਤੇ ਉਤਰ ਕੇ ਤੇ ਐਂਟਰੀ ਤੇ ਪਹੁੰਚ ਗਏ ਤੇ ਨਨਕਾਣਾ ਸਾਹਿਬ ਦਾ ਬਾਹਰ ਲੱਗਾ ਸਾਈਨਬੋਰਡ ਫੋਟੋ ਖਿਚਾਉਣ ਦੇ ਨੇ ਉੱਥੇ ਕਿਉਂਕਿ ਹੁਣ ਤਾਂ ਦਿਨ ਦਿਨ ਦਾ ਟਾਈਮ ਹੈ ਬਾਅਦ 'ਚ ਹੋਣਾ ਹਨੇਰਾ ਅਤੇ ਆਉਂਦੇ ਵੀ ਚਲੋ ਫੋਟੋ ਬਣਾ ਲਈਏ ਯੂਕੇ ਅਤੇ ਅਮੈਰੀਕਾ ਵਾਲੇ ਇਹ ਅਨੂ ਭੈਣ ਜੀ ਨੇ ਅਤੇ ਨਾਲ ਨਾਲ ਦੀ ਦੀਦੀ ਆ ਇਹ ਅਮੈਰੀਕਾ ਤੋਂ ਨੇ ਇਹ ਜਦੋਂ ਅਸੀਂ ਸਾਂਝੀ ਸੱਤ ਪ੍ਰੋਗਰਾਮ ਕਰਦੇ ਸਾਂ ਉਦੋਂ ਦੇ ਸਾਡੇ ਨਾਲ ਜੁੜੇ ਆ ਅਤੇ ਵਾਹਵਾ ਸਾਲਾਂ ਬਾਅਦ ਅੱਜ ਫਿਰ ਆਖਿਰਕਾਰ ਪਹੁੰਚ ਹੀ ਗਿਆ ਨਨਕਾਣਾ ਸਾਹਿਬ ਵੇਖਣ ਅਨੂ ਭੈਣ ਜੀ ਮੈਂ ਕਿਹਾ ਵੀ 2019 ਤੋਂ ਆਪਾਂ ਜੁੜੇ ਨਾਲ ਸਾਂਝੀ ਸੱਤ ਪ੍ਰੋਗਰਾਮ ਤੋਂ ਹਾਂ ਅੱਜ 4 ਸਾਲਾਂ ਬਾਅਦ ਫਿਰ ਆ ਹੀ ਗਿਆ ਆਖਿਰਕਾਰ ਆ ਗਿਆ ਹਾਂਜੀ ਟਾਈਮ ਦੇਖੋ ਅੱਜ ਸਾਡਾ ਅਨੁਸ਼ਾ ਲਿਖਿਆ ਸੀ ਇੱਥੇ ਆਉਣ ਦਾ ਦਰਸ਼ਨ ਕਰਨੇ ਸੀ ਅਸੀਂ ਆਪਣੇ ਗੁਰਦਾਮਾਂ ਦੇ ਹਾਂ ਚਲੋ ਫਾਈਨਲੀ ਪਹੁੰਚ ਗਏ ਹਾਂ ਤੁਹਾਡਾ ਐਫਰਟ ਜ਼ਿਆਦਾ ਹੈ ਨਾ ਨਹੀਂ ਨਹੀਂ ਸਾਰਿਆਂ ਦਾ ਹਾਂ ਨਹੀਂ ਸਾਰਿਆਂ ਦੇ ਇਹਦੇ 'ਚ ਹੁੰਦਾ ਵੀ ਤੁਸੀਂ ਹੋਏ ਨਾਲ ਬੱਚਿਆਂ ਨੂੰ ਲੈ ਕੇ ਤੇ ਸਾਨੂੰ ਵਧੀਆ ਲੱਗਾ ਵੀ ਬੱਚੇ ਆਉਣਗੇ ਇਹਨਾਂ ਨੂੰ ਵੇਖ ਕੇ ਇਹਨਾਂ ਦੇ ਬੈਚਮੇਟ ਕਲਾਸ ਫੈਲੋ ਹੋਰ ਜਿਹੜੇ ਉਹ ਵੀ ਹਾਂ ਹੋਰ ਵੀ ਆਉਣ ਚਲੋ ਜੀ ਵੈਲਕਮ ਫਿਰ ਨਨਕਾਣਾ ਸਾਹਿਬ ਇੱਕ ਵਾਰੀ ਫਿਰ ਹੁਣ ਟਾਈਮ ਕਾਫੀ ਹੋ ਗਿਆ ਤੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਨੇ 6-7 ਨੇ ਗੁਰਦੁਆਰਾ ਸਾਹਿਬ ਤੇ ਕੋਸ਼ਿਸ਼ ਕਰਦੇ ਵੀ ਇਹਨਾਂ ਨੂੰ ਜਿੰਨੇ ਅੱਜ ਲੈ ਕੇ ਜਾ ਸਕੀਏ ਲੈ ਕੇ ਚੱਲਦੇ ਆ ਫਿਰ ਦੁਬਾਰਾ ਆਪਾਂ ਲਾਹੌਰ ਜਾਣਾ ਰਾਤ ਨੂੰ ਇਹਨਾਂ ਨੂੰ ਚਾਹ ਪਿਆਉਣੀ ਆ ਮਾਲ ਰੋਡ ਤੋਂ ਚਾਹ ਦੇ ਬੜੇ ਸ਼ੌਕੀਨ ਨੇ ਭੈਣ ਜੀ ਹੁਣੀ ਆਪਾਂ ਜਾਣਾ ਸੀ ਹੁਣ ਪਰ ਹੁਣ ਦੇਰ ਹੋਈ ਪਹਿਲਾਂ ਆਪਾਂ ਉਧਰੋਂ ਹੋਈ ਉਹਨੂੰ ਵਾਪਸੀ ਨਾਲ ਲੈ ਕੇ ਜਾਵਾਂਗੇ ਵੈਸੇ ਤੇ ਇੱਥੇ ਸਾਡੇ ਆ ਜਿਵੇਂ ਗੁਰਮੁਖੀ ਲਿਖੀ ਨਾ ਲਿਖੀ ਨੀ ਜਾਂਦੀ ਤੇ ਨਨਕਾਣਾ ਸਾਹਿਬ ਹੈ ਕਿਉਂਕਿ ਯਾਤਰੀ ਅੰਦਰ ਰਹਿੰਦੇ ਨਾ ਤੇ ਉਹਨਾਂ ਦਾ ਕਰਕੇ ਫਿਰ ਗੁਰਮੁਖੀ ਦੇ ਵੀ ਸਾਈਨ ਬੋਰਡ ਲੱਗੇ
वाह जी वाह, माशाल्लाह अच्छ मौसम भी बहुत सोहना जी, ते आ गए ने सारे मत्था टेकन। चलो जी समाजी, बहुत प्यारा है। ਕਾਸ ਭਾਈ ਥੋੜ੍ਹਾ ਦੱਸ ਦੇਣਾ ਇਹਨਾਂ ਨੂੰ। ਹਾਂਜੀ, ਇਸ ਜਗ੍ਹਾ 'ਤੇ ਜਿਸ ਜਗ੍ਹਾ 'ਤੇ ਅਸੀਂ ਖੜ੍ਹੇ ਆ ਨਾ, ਇਸ ਜਗ੍ਹਾ 'ਤੇ ਸਾਕਾ ਨਨਕਾਣਾ ਸਾਹਿਬ ਵਾਪਰਿਆ ਸੀ। ਦੱਸਿਆ ਜਾਂਦਾ ਹੈ ਕਿ 1921 ਦੇ ਵਿੱਚ ਕੁਛ ਲੋਕਾਂ ਦਾ, ਖਾਸ ਮਤਲਬ ਦੂਸਰੇ ਰਿਲੀਜਨ ਦਾ, ਉਹਨਾਂ ਦਾ ਕਬਜ਼ਾ ਹੋ ਗਿਆ ਸੀ ਅਤੇ ਉਹਨਾਂ ਦੇ ਕਰਕੇ ਕਬਜ਼ਾ ਛੁਡਾਉਣ ਕਰਕੇ ਜਿਹੜੇ ਇੱਥੋਂ ਦੇ ਸਰਾਊਂਡਿੰਗ ਦੇ ਜਿਹੜੇ ਸਿੱਖ ਸਨ, ਲਗਭਗ 200 ਦੇ ਸਿੱਖ, ਉਹਨਾਂ ਨੇ ਕਬਜ਼ਾ ਛੁਡਾਉਣ ਦੀ ਖਾਤਰ ਇੱਥੇ ਆਪਣੀਆਂ ਜਾਨਾਂ ਗੁਆਈਆਂ ਸਨ, ਸ਼ਹੀਦ ਹੋਏ ਸਨ ਇੱਥੇ। ਇਸ ਜੰਡ ਦੇ ਨਾਲ ਉਹਨਾਂ ਨੂੰ ਉਲਟਾ ਲਟਕਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਹਾਂਜੀ, ਸੋ ਇਹ ਉਹ ਜਗ੍ਹਾ ਮਤਲਬ ਇਹ ਦੇਖੋ ਜੀ, ਉਹ ਫੋਟੋ ਵੀ ਬਣੀ ਹੋਈ ਹੈ ਉਸ ਤਰ੍ਹਾਂ ਹੀ ਬਿਲਕੁਲ। ਹਾਂਜੀ, ਇਹ ਉਹ ਜਗ੍ਹਾ ਜਿੱਥੇ ਸੰਸਕਾਰ ਕੀਤਾ ਗਿਆ ਸੀ, ਜ਼ਿੰਦਾ ਚਲਾਇਆ ਗਿਆ ਸੀ, ਜਾਂ ਜਿਹੜੇ ਮਤਲਬ ਉਰਦੂ ਦੇ ਵਿੱਚ ਉਹਨਾਂ ਦੀ ਹਿਸਟਰੀ ਲਿਖੀ ਗਈ ਹੈ। ਲਗਭਗ 200 ਹੈ ਸਰ ਜਿਨ੍ਹਾਂ ਦੇ ਨਾਲ ਹੋਇਆ ਸੀ।
ਲਓ ਜੀ ਆ ਗਏ ਆ ਗੁਰਦੁਆਰਾ ਗੁਰੂ ਰਾਮਦਾਸ ਜਨਮ ਸਥਾਨ ਆ ਜਾਓ ਮਾਲਕ ਪਿੱਛੇ ਆਏ ਨੇ ਬਾਅਦ ਚ ਵੈਲਕਮ ਲਵਲੀ ਐਨਕ ਨਜ਼ਰ ਦੀ ਹੈ ਕਿ ਤੇਰੀ ਹੈ ਆਪਣੇ ਮਹਿਮਾਨ ਵੀ ਆਰਟਿਸਟ ਆ ਤੇ ਹੱਥ ਹੌਲਾ ਰੱਖਿਆ ਜੀ ਤੁਸੀਂ ਵੀ ਐਕਸੈਪਟ ਕਰੋ ਹੁਣ ਦੱਸੋ ਧੜਕਣ ਹਾਂ ਧੜਕਾਂ ਤੇਰੇ ਆਖਣ ਤੇ ਬਹੁਤ ਕਮਾਲ ਗਾਣਾ ਨਹੀਂ ਨਹੀਂ ਮੈਂ ਦੇਖਿਆ ਜੀ ਤੁਹਾਨੂੰ ਕੀ ਹਾਲ ਆ ਭਾਜੀ ਠੀਕ ਹੋ ਇਸ ਇੰਤਜ਼ਾਰ ਚ ਸੀ ਸ਼ਾਇਦ ਕੋਈ ਤੇਲ ਤੂਲ ਚੋਣਾ ਕਿੰਨੇ ਦਿਨ ਸਟੇ ਆ ਪਿਆਰੀ ਸ਼ਰਮਾ ਗਈ ਸ਼ਰਮਾਉਂਦਾ ਮੁੰਡਾ ਕਿੰਨਾ ਤੁਸੀਂ ਮੇਰਾ ਪਰਸਨਲ ਇੰਟਰਵਿਊ ਲੈ ਲਓ ਹਾਂ
ਤਾਂ ਕਿ ਮੈਂ ਤੁਹਾਨੂੰ ਵਧੀਆ ਤਰੀਕੇ ਨਾਲ ਦੱਸਦਾ ਠੀਕ ਹੈ ਮੇਰੇ ਕੋਲ ਕੁਝ ਮਹਿੰਦੀ ਦੀਆਂ ਵੀਡੀਓ ਪਈਆਂ ਤੁਹਾਨੂੰ ਉਹਨਾਂ ਦੇ ਨਾਲ ਵਿੱਚ ਪੈਸ ਕਰਨਾ ਮੇਰੀ ਆਡੀਅੰਸ ਆ ਕੇ ਸਹੀ ਹੋ ਪਾਜੇਗਾ तू विकास सुनिया ने अज एक नवा नाम लग गया वाकस इन्हां ने रखा जी कर रहे हो प्रोजेक्ट तुम्हें कह दिता नहीं हटिया फिर चौधरी साहब वाली मूवी देखी तुसी साडी ਸਿਆਲਕੋਟ ਜਾਣਾ ਅਗਲੇ ਵਲੌਗ ਤੇ ਜੁੜੇ ਰਹੋ ਨਾਲ ਸਾਡੇ ਤੇ ਤੁਹਾਨੂੰ ਸਵੇਰੇ ਲੈ ਕੇ ਜਾਵਾਂਗੇ ਲਾਹੌਰ ਤੇ ਫਿਰ ਸਿਆਲਕੋਟ ਰੱਬ ਰੱਖ।